ਵਕਾਰ ਅਸੀਂ ਅੱਜ ਕਿਸ ਚੀਜ਼ ਦੇ ਉੱਤੇ ਗੱਲਬਾਤ ਕਰਨ ਲੱਗੇ ਆ ਅੱਜ ਅਸੀਂ ਰਿਐਕਸ਼ਨ ਕਰਨ ਲੱਗੇ ਆ ਜੀ ਚੱਲ ਮੇਰਾ ਪੁੱਤ ਪਾਰਟ 3 ਦੇ ਟ੍ਰੇਲਰ ਬਿਲਕੁਲ ਕੁਝ ਦਿਨ ਪਹਿਲੇ ਹੀ ਜਿਹੜਾ ਰਿਲੀਜ਼ ਹੋਇਆ ਤੇ ਉਹ ਅਸੀਂ ਦੇਖਣਾ ਚਾਹ ਰਹੇ ਆ ਦੇਖੋ ਜੀ ਇਹ ਜਿਹੜੀ ਫਿਲਮ ਹੈ ਨਾ ਚੱਲ ਮੇਰਾ ਪੁੱਤ ਪਾਰਟ 1 ਪਾਰਟ 2 ਪਾਰਟ 3 ਪਾਰਟ 1 ਤੇ ਪਾਰਟ 2 ਨੇ ਬਹੁਤ ਅੱਛਾ ਬਿਜ਼ਨਸ ਕੀਤਾ ਬਿਲਕੁਲ ਹਾਂਜੀ ਮੈਨੂੰ ਲੱਗਦਾ ਹੈ ਕਿ ਜਿਹੜਾ ਪਾਰਟ 3 ਹੈ ਤਿੰਨ ਦੋਵਾਂ ਪਾਰਟਾਂ ਨਾਲੋਂ ਬਹੁਤ ਮਜ਼ੇਦਾਰ ਹੈ ਤੇ ਇਹ ਬਾਕਸ ਆਫਿਸ ਤੇ ਬਹੁਤ ਜਲਦ ਰਾਜ ਕਰਨ ਵਾਲੀ ਹੈ ਬਿਲਕੁਲ ਹਾਂਜੀ ਰਿਦਮ ਬੁਆਏ ਦੇ ਅਗਰ ਇਹਨਾਂ ਫਿਲਮਾਂ ਦੀ ਅਸੀਂ ਗੱਲ ਕਰੀਏ ਨਾ ਤੇ ਪਾਰਟ 2 ਹਜੇ ਬਾਕਸ ਆਫਿਸ ਤੇ ਚੱਲਦੀ ਪਈ ਹੈ ਹਜੇ ਸੈਨਮੀਆਂ ਚੋਂ ਗਈ ਨਹੀਂ ਤੇ ਪਾਰਟ 3 ਵੀ 1 ਅਕਤੂਬਰ ਨੂੰ ਆ ਰਹੀ ਹੈ ਵੇਖੋ ਨਾ ਕਿੰਨੀ ਵੱਡੀ ਗੱਲ ਹੈ ਜੀ ਦੇਖੋ ਜੀ ਪੰਜਾਬ ਪੰਜਾਬ ਵਾਸਤੇ ਤੇ ਪੰਜਾਬੀਆਂ ਵਾਸਤੇ ਤੇ ਸਾਰੇ ਵਰਲਡ ਵਾਸਤੇ ਬਹੁਤ ਅੱਛੀ ਗੱਲ ਹੈ ਕਿ ਇੱਕ ਬਹੁਤ ਅੱਛੀ ਫਿਲਮ ਇੱਕ ਇਹੋ ਜਿਹੇ ਕਰੋਨਾ ਦੇ ਮਾਹੌਲ ਦੇ ਵਿੱਚ ਐਸੀ ਅੱਛੀ ਫਿਲਮ ਦਾ ਆਣਾ ਤੇ ਲੋਕਾਂ ਦਾ ਚਿਹਰਿਆਂ ਤੇ ਹੱਸੀਆਂ ਤੇ ਐਂਟਰਟੇਨਮੈਂਟ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੋ ਜਾਵੇਗੀ ਤੇ ਕਿਉਂ ਨਾ ਅਸੀਂ ਜਿਹੜਾ ਸਾਡਾ ਟ੍ਰੇਲਰ ਆ ਗਿਆ ਵੇ ਰਿਦਮ ਬੁਆਏ ਨੇ ਔਨ 에ਅਰ ਕਰ ਦਿੱਤਾ ਟ੍ਰੇਲਰ ਤੇ ਅਸੀਂ ਆਪਣੇ ਨਾਜ਼ਰੀਨ ਨੂੰ ਵੀ ਵਿਖਾਈਏ ਤੇ ਆਪੀ ਵੀ ਹੱਸੀਏ ਤੇ ਨਾਲ ਉਹ ਵੀ ਹੱਸਣ ਇੱਕ ਚੀਜ਼ ਹੋਰ ਇਹਦੇ ਵਿੱਚ ਬੜੀ ਕਾਮਨ ਕਰਦੀ ਹੈ ਕਿ ਦੇਖੋ ਹਲੇ ਟ੍ਰੇਲਰ ਹਲੇ ਜਾਰੀ ਹੋਇਆ ਤੇ ਫਿਰ ਵੀ ਲੋਕਾਂ ਦਾ ਜਿਹਨਾਂ ਦਾ ਰਸ਼ ਬਹੁਤ ਲੋਕਾਂ ਨੂੰ ਇੰਨਾ ਇੰਤਜ਼ਾਰ ਇਸ ਫਿਲਮ ਦਾ ਕਿ ਲੋਕ ਦੇਖਣਾ ਚਾਹ ਰਹੇ 1 ਦੇਖੀ 2 ਦੇਖੀ ਹੁਣ 3 ਵਾਸਤੇ ਲੋਕਾਂ ਦੇ ਦਿਲ ਦੇ ਵਿੱਚ ਇੱਕ ਆਪਣਾ ਕਸ਼ਮਕਸ਼ ਕਿ ਫਿਲਮ ਆ ਜਾਵੇ ਤੇ ਯਕਮ ਪਹਿਲੀ ਆਪਣਾ ਯਕਮ ਅਕਤੂਬਰ ਨੂੰ ਇਹ ਫਿਲਮ ਰਿਲੀਜ਼ ਹੋਣੀ ਤੇ ਰਸ਼ ਤਾਂ ਮੈਨੂੰ ਯਾਦ ਆਇਆ ਕਿ ਫਿਰ ਬੁਕਿੰਗ ਦਾ ਸਿਲਸਿਲਾ ਤੇ ਜਾਰੀ ਹੈ ਤੇ ਮੈਂ ਕਹਿੰਨੀ ਹੁਣੇ ਹੁਣੇ ਬੁਕਿੰਗ ਕਰਵਾ ਲੈ ਨਾਜ਼ਰੀਨ ਵੀ ਐਨ ਹੋਏ ਕਿ ਬੁਕਿੰਗ ਵਾਸਤੇ ਜਾਣ ਦੋ ਕਹਿਣ ਵੀ ਟਿਕਟਾਂ ਸਾਡੀਆਂ ਪੂਰੀਆਂ ਹੋ ਗਈਆਂ ਫੇਰ ਆਇਆ ਜੇ ਤੇ ਨਾਜ਼ਰੀਨ ਨੂੰ ਦਿਖਾਣੇ ਚੱਲ ਮੇਰਾ ਪੁੱਤ ਪਾਰਟ 3 ਦਾ ਟ੍ਰੇਲਰ ਤੇ ਅਸੀਂ ਵੀ ਇੰਜੋਏ ਕਰਨੇ ਤੇ ਨਾਜ਼ਰੀਨ ਵੀ ਇੰਜੋਏ ਕਰਦੇ ਚਲੋ ਵੀ ਆਓ ਫਿਰ ਵੇਖਨੇ ਆ ਚੱਲ ਮੇਰਾ ਪੁੱਤ 3 ਦਾ ਟ੍ਰੇਲਰ ਓਏ ਏਡੀ ਛੇਤੀ ਤੈਨੂੰ ਕਾਦੀ ਆ ਯੂਕੇ ਕੋ ਟੂਟੀ ਖੁੱਲੀ ਛੱਡ ਆ ਯਾ ਟੂਟੀ ਬੰਦ ਹੋਵੇ ਖੁੱਲੀ ਹੋਵੇ ਤੂੰ ਕਿਹੜਾ ਨਾ ਹੋਣਾ ਛਿੱਟ ਕੀ ਬਾਤ ਹੈ ਗਰੀਬਾਂ ਦੇ ਮੱਲੇ ਚ ਚੱਕਰ ਹੀ ਲਾ ਕੇ ਆਓ ਸਾਜਨ ਅਬਾਸ ਵੱਡੀ ਤਬਦੀਲੀ ਫਿਲਮ ਦੇ ਵਿੱਚ ਤੇਰਾ ਤਾਂ ਗੋਇਆ 700 ਦਾ ਵਿਕ ਜਾਂਦਾ ਹੋਣਾ ਤੂੰ ਕਿੱਥੇ ਆ ਗਿਆ ਇਹ ਚਗਾਤੇ ਉਹ ਲੋਕੀ ਗੋਇਆ 700 ਦਾ ਵਿਕ ਜਾਂਦਾ ਸਿਆਣਾ ਬੰਦਾ ਕਰਦਾ ਤਾਲਾ ਹੁੰਦਾ ਯਕੀਨ ਨਹੀਂ ਤਖਾਰ ਸਾਹਿਬ ਦੀ ਐਂਟਰੀ ਜਿਹੜਾ ਵਾਲਾ ਡਾਇਲੌਗ ਹੈ ਜਿਹਨੇ ਕਿਹਾ ਸੀ ਨਾ ਇਹਨੂੰ ਜੁੱਤੀ ਸੁੰਗਾਓ ਮੈਂ ਉਹ ਬੰਦਾ ਅੱਛਾ ਤੂੰ ਵੀ ਆਪਣੇ ਆਪ ਨੂੰ ਬੰਦਾ ਕਹਿੰਦਾ ਜਿੱਤੀ ਸੰਗਾ ਜਿੰਦਾ ਤੈਨੂੰ ਪਤਾ ਵਿਆ ਐਕਚੁਅਲੀ ਚ ਕਦੋਂ ਕੰਪਲੀਟ ਹੁੰਦਾ ਹਾਂ ਜਦੋਂ ਕੋਰਟ ਮੈਰਜ ਹੋ ਜਾਂਦੀ ਹੈ ਫਾਈਲ ਤੇ ਬਾਚੀ ਲੱਗਦੀ ਨਾ ਤੋ ਤੈਨੂੰ ਵੈਸੇ ਫਾਈਲ ਤੇ ਲੱਗਦਾ ਨਹੀਂ ਨਾ ਇਹਨਾਂ ਕੋਈ ਬ੍ਰਿਟਿਸ਼ ਪਾਸਪੋਰਟ ਵੇਖ ਕੇ ਕੁੜੀ ਨੂੰ ਪਸੰਦ ਨਹੀਂ ਕੀਤਾ ਵਾਕਈ ਵਿਆਹ ਤਾਂ ਕੰਪਲੀਟ ਹੁੰਦਾ ਬਾਤ ਹੈ ਉਹ ਤਾਂ ਕੋਈ ਬ੍ਰਿਟਿਸ਼ ਪਾਸਪੋਰਟ ਨਹੀਂ ਕਰਾਇਆ ਵਾ ਇਹ ਤੇ ਮੇਰੀ ਲੱਕ ਆ ਨਾ ਉਹਦੀ ਥਾਂ ਤੇ ਤੇਰੇ ਤੋਂ ਕਰਜ਼ਾ ਵੀ ਹੋ ਸਕਦਾ ਹੈ ਮੈਂ ਭਰਨਾ ਨਹੀਂ ਪੜਾ ਨਾ चार चीजां घट कर दांगे ना व्याह सारे मजदूर हो गए डेकोरेशन स्टेज ते जरूरी है गेट ते बहुत जरूरी है ਟੇਬਲ ਤੇ ਕਾਦੀ ਜ਼ਰੂਰੀ ਆ ਹੁਣ ਟੇਬਲ ਤੇ ਲੈਂਪ ਰੱਖਣਗੇ ਤੇ ਪਲੇਟ ਰੋਟੀ ਵਾਲੀ ਲੋਕੀ ਝੋਲੀ ਚ ਰੱਖ ਕੇ ਖਾਣਗੇ ਜੀਨੀਅਸ ਸੇ ਤੂੰ ਨਿਕਲੀ ਕੋਈ ਗੱਲ ਤੂੰ ਰਹਿਣ ਨਹੀਂ ਦੇਣੀ ਤੇ ਤੂੰ ਰਹਿਣ ਵੀ ਨਹੀਂ ਦੇ ਰਿਹਾ ਉੱਠਣਾ ਹੀ ਪੈਣਾ ਏ ਰਜਾਈ ਜੀ ਨਾ ਕੋਟ ਠੀਕ ਹੈ ਅੰਡੇ ਚੱਲਾ ਸਾਹਿਬ ਓਏ ਆ ਬੱਕਰੀ ਬੰਨੀ ਆ ਨਹੀਂ ਬਾਜੀ ਬੱਕਰੀ ਤੇ ਤੁਹਾਡੇ ਤੋਂ ਕਿਤੇ ਸੇਧਮੰਦ ਹੁੰਦੀ ਉਹ ਮੂੰਹ ਵੇਖੋ ਆਪਣਾ ਲੱਗਦਾ ਪੈਰ ਦੇ ਨਿਸ਼ਾਨਾ ਏ ਵਿਆਦੀ ਸਾਰੀ ਸ਼ਾਪਿੰਗ ਤੂੰ ਕਾਰਡ ਲੈ ਕੇ ਆਇਆ ਨਾ ਆਪਣਾ ਕਿਤੇ ਫ੍ਰੈਕਚਰ ਨਾ ਹੋ ਗਿਆ ਵੇ ਯਾਰ ਇਦਾਂ ਤੇ ਮੇਰੇ ਕੋਲ ਤੁਰ ਕੇ ਲਾਵਾਂ ਵੀ ਨਹੀਂ ਲਈਆਂ ਜਾਣੀਆਂ ਆਪਾਂ ਵਿਆਹ ਲੇਟ ਨਾ ਕਰ ਲਈਏ ਵਿਆਹ ਦੀ ਡੇਟ ਨਹੀਂ ਚੇਂਜ ਕਰਨੀ ਹੈ ਤੇਰੀ ਲੱਤਾਂ ਵੱਡੀਆਂ ਵੀ ਜਾਣ ਨਾ ਤਾਂ ਵੀ ਤੈਨੂੰ ਚੱਕ ਕੇ ਲਾਵਾਂ ਲੈ ਲੂੰ ਮੈਂ ਕੀ ਬਾਤ ਟੂਟੀਆਂ ਲੱਤਾਂ ਨਾਲ ਲਾਵਾਂ ਲੈਣਾ ਚਾਹ ਰਹੀ ਸੱਚ ਦੱਸਾਂ ਸੈਵੀ ਤੇਰੇ ਤੋਂ ਬਿਨਾ ਗੇੜੀ ਮਾਰਨ ਦਾ ਨਾ ਸਵਾਦ ਹੀ ਵੱਖਰਾ ਨਾ ਕੋਈ ਚੈਂ ਚੈਂ ਨਾ ਕੋਈ ਪੈਂ ਪੈਂ ਨਾਲੇ ਸੋਹਣੀਆਂ ਸੋਹਣੀਆਂ ਕੁੜੀਆਂ ਨੂੰ ਅੱਖਾਂ ਗੱਡ ਕੇ ਦੇਖੋ ਵਿਆਹ ਤੋਂ ਬਾਅਦ ਨਾ ਆਪਣੀ ਬਹੁਤੀ ਬਾਨੀ ਨਹੀਂ ਯਕਦਮ ਇਮੋਸ਼ਨਲ ਕਰਦੇ ਕੀ ਬਾਤ ਬਹੁਤ ਮਜ਼ਾ ਆਣ ਵਾਲਾ ਮੈਨੂੰ ਲੱਗਦਾ ਮੈਂ ਨਾ ਵਿਆਹ ਤੋਂ ਪਹਿਲਾਂ ਇੱਕ ਵਾਰ ਫੇਰ ਸੋਚ ਲੈ ਲੜ ਪਾਈ ਯਾਰ ਜਿੱਥੇ ਮਾਲਕ ਰੱਖਦਾ ਹੈ ਹਾਂਜੀ ਕੌਣ ਅਮਰਿੰਦਰ ਗਿੱਲ ਸਾਹਿਬ ਵੀ ਬੁੱਢੇ ਵਹਾਏ ਇੱਥੇ
ਕਿੱਥੇ ਵੀ ਭਾਏ ਜਵਾਨ ਹੀ ਭਾਏ। ਤੇ ਨਾਜ਼ਰੀਨ ਵਾਸਤੇ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਇਹ ਵੀ ਕਿ ਚੱਲ ਮੇਰਾ ਪੁੱਤ ਪਾਰਟ 2 ਤੇ ਪਾਕਿਸਤਾਨ 'ਚ ਨਹੀਂ ਲੱਗ ਸਕੇ ਲੇਕਿਨ ਪਾਰਟ 3 ਪਾਕਿਸਤਾਨ 'ਚ ਵੀ ਲੱਗਣ ਜਾ ਰਹੀ, ਪੂਰੀ ਦੁਨੀਆ 'ਤੇ ਲੱਗ ਰਹੀ ਹੈ। ਦੇਖੋ ਜੀ, ਪਾਕਿਸਤਾਨੀਆਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਕਿ ਇੱਕ ਐਡੀ ਅੱਛੀ ਫਿਲਮ ਜਿਹੜੀ ਪਾਕਿਸਤਾਨ 'ਚ ਵੀ ਐਤਕੀ ਰਿਲੀਜ਼ ਹੋ ਰਹੀ ਹੈ ਤੇ ਅਸੀਂ ਵੀ ਤਕਰੀਬਨ ਗਰੀਬ ਬੰਦੇ ਵੀ ਵੇਖ ਸਕਣਗੇ। ਹਾਂ, ਗਰੀਬ ਇਹਨੇ ਗਰੀਬ ਬੰਦੇ ਵੇਖ ਸਕਣ, ਇੰਨੇ ਤੇ ਪੈਸੇ ਹੁੰਦੇ ਨੇ ਗਰੀਬਾਂ ਕੋਲ ਤੇ ਇੱਕ ਇੱਕ ਫਿਲਮ ਦੇਖ ਫਿਲਮ ਦੇ ਲਾਜ਼ਮੀ ਵੇਖਾਂਗੀ, ਫਿਰ ਮੈਂ ਤਾਂ ਜ਼ਰੂਰ ਵੇਖਣ ਜਾਵਾਂਗੀ। ਮੈਨੂੰ ਭਾਵੇਂ ਮਹੀਨੇ ਦੀ ਤਨਖਾਹ ਲਾਣੀ ਪਵੇ, ਮੈਂ ਐਤਕੀ ਚੱਲ ਮੇਰਾ ਪੁੱਤ ਜਿਹੜੀ ਨਾ 3 ਜ਼ਰੂਰ ਵੇਖਣੀ 1 ਅਕਤੂਬਰ ਨੂੰ। ਤੇ ਰਸ਼ ਬਹੁਤ ਜ਼ਿਆਦਾ, ਹੁਣੇ ਲੈ ਲੈ ਜਾ ਕੇ ਟਿਕਟ, ਬਾਅਦ 'ਚ ਨਾ ਕਹੀ ਵੇਖਣੀ ਤਾਂ ਮੈਂ ਹੈ ਸੀ ਬਸ ਟਿਕਟ ਨਹੀਂ ਮਿਲੀ। ਹੁਣੇ ਮੈਂ ਲੈ ਤਾਂ ਲਵਾਂ, ਮੇਰੀ ਤਨਖਾਹ ਲੇਟ ਹੈ, ਮੇਰਾ ਖਿਆਲ ਹੈ ਮੈਂ ਤੁਹਾਡੇ ਕਾਂਟੇ ਕੁੰਟੇ ਵੇਚ ਕੇ ਨਾ ਟਿਕਟ ਲੈ ਲਵਾਂ।